वाहेगुरु जी का खालसा वाहेगुरु जी की फतेह। गुरु प्यारे खालसा जी, बड़ी ही चिंता की गल आ कि अज तुहाडे नाल जिहड़ी गल सांझी करनी आ उहदा मुख कारण यह है कि पिंड हकूमत वाला जिला फिरोजपुर, पिंड हकूमत वाला जिला फिरोजपुर जिहड़ी तलवंडी भाई तो सड़क जाती है फिरोजपुर नूं, उहदे उत्ते स्थित आ पिंड हकूमत वाले दे कोल बिजली बनाने वाली जिहड़ी फैक्ट्री लगी आ पराली तो जिहड़ी बिजली बनाउंदी उहदे लागे सौदा साध दे चेलियां वल्लों डेरे की उसारी की जा रही है। सौदा साध दे चेलियां वल्लों डेरे की उसारी की जा रही है। ये सौदा साध दे चेले वह ने जिन्हां ने गुरु ग्रंथ साहब का स्वरूप चोरी करके ते चैलेंज करके पोस्टर ला के बेदबी की सी, मल के बेदबी दे विच वी उन्हां दे बंदियां नूं 3 साल की सज़ा हुई है, भगते वाले विच वी उह दोषी पाए गए आ जिहड़े साडे गुरु ग्रंथ साहब दीआं बेदबियां करन ते उह पंजाब दी सर जमीन दे उत्ते डेरे किवें बना लैण। अफसोस की गल आ कि पिछले दिन ही सिख जथेबंदियों के कुछ कु नुमाइंदे मानयोग SSP साहब ते मानयोग DC साहब नूं मंग पत्र दे के आए सन। मंग पत्र दे नाल रुकना चाहीदा सी डेरा, अफसोस डेरा रुकिया नहीं, उन्होंने वद मजदूर ला के ते सारी तेजी नाल शुरू कर दिती है। सो 6 जून तक का अल्टीमेटम जथेबंदियां दे के आईया सी, 6 जून कल बीत गई है ते अज 7 जून नूं असीं वीडियो बना रहे हां। हुण असीं समूह पंजाबियों समूह नौजवानी ते गुरु नानक नाम लिया सिखा बेनती करते हैं कि 9 तरीक दिन शुक्रवार नूं पिंड हकूमत वाला विखे वहीरा कत के पहुंचो ता कि उस डेरे नूं आपां खुद बंद करा सकीए। आपां नूं डेरा यह खुद बंद करवाना पैना, महाराज का बाणी का फरमान है अपन हथी अपना आपे ही काज सवारीए, क्योंकि किसी कीमत दे उत्ते भी यह जिहड़ा डेरा बर्दाश्त नहीं है, डेरे की उसारी बर्दाश्त नहीं है। प्रशासन सराहाने थले बांह दे के सुत्ता पिया ते अखौती जिहड़े उहदे चेले हैगे आ असाध दे चेले उह भूतरे होए डेरे की उसारी नूं हर आए दिन अंजाम दे रहे आ। सो इस करके 9 तरीक दिन शुक्रवार नूं पिंड हकूमत वाला विखे पहुँचो ते आप वध तो वध गिणती विच पहुँच के जिहड़ी इह कूड़ की दुकान नवी खुल रही है इहनूं बंद करवाउणा साडा निजी फर्ज है। सो समां रहिंदिआं प्रशासन जे कल तक बंद करा लैंदा ते ठीक है, नहीं ते 9 तरीक दिन शुक्रवार ठीक सवेरे 10 बजे हकूमत वाला पहुँचो। ਤਾਂ ਹਕੂਮਤ ਵਾਲਾ ਫਿਰ ਮੈਂ ਦੱਸਦਿਆਂ ਜ਼ਿਲ੍ਹਾ ਫਿਰੋਜ਼ਪੁਰ ਵਿੱਚ ਆ ਅਤੇ ਤਲਵੰਡੀ ਭਾਈ ਤੋਂ ਜਿਹੜੀ ਫਿਰੋਜ਼ਪੁਰ ਨੂੰ ਸੜਕ ਜਾਂਦੀ ਉਹਦੇ ਉੱਤੇ ਸਥਿਤ ਹੈਗਾ ਆ। ਸੋ ਸਾਰਿਆਂ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਵੱਧ ਤੋਂ ਵੱਧ ਗਿਣਤੀ ਵਿੱਚ ਪਿੰਡ ਹਕੂਮਤ ਵਾਲਾ ਪਹੁੰਚੋ ਤਾਂ ਕਿ ਸੌਦਾ ਸਾਧ ਦੇ ਚੇਲਿਆਂ ਵੱਲ ਭੂਤਰੇ ਹੋਏ ਚੇਲਿਆਂ ਵੱਲੋਂ ਜਿਹੜੀ ਡੇਰੇ ਦੀ ਉਸਾਰੀ ਕੀਤੀ ਜਾ ਰਹੀ ਹੈ ਉਹਨੂੰ ਰੋਕਣਾ ਸਾਡਾ ਨਿੱਜੀ ਫਰਜ਼ ਹੈ। ਆਸ ਕਰਦਾ ਵਾਂ ਕਿ ਤੁਸੀਂ ਵੱਧ ਗਿਣਤੀ ਵਿੱਚ 9 ਜੂਨ ਸਵੇਰੇ 10 ਵਜੇ ਪਿੰਡ ਹਕੂਮਤ ਵਾਲਾ ਪਹੁੰਚੋਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਖਾਲਸਾ ਜੀ, ਬੜੀ ਹੀ ਚਿੰਤਾ ਦੀ ਗੱਲ ਆ ਕਿ ਅੱਜ ਤੁਹਾਡੇ ਨਾਲ ਜਿਹੜੀ ਗੱਲ ਸਾਂਝੀ ਕਰਨੀ ਆ ਉਹਦਾ ਮੁੱਖ ਕਾਰਨ ਇਹ ਹੈ ਕਿ ਪਿੰਡ ਹਕੂਮਤ ਵਾਲਾ ਜ਼ਿਲ੍ਹਾ ਫਿਰੋਜ਼ਪੁਰ, ਪਿੰਡ ਹਕੂਮਤ ਵਾਲਾ ਜ਼ਿਲ੍ਹਾ ਫਿਰੋਜ਼ਪੁਰ ਜਿਹੜੀ ਤਲਵੰਡੀ ਭਾਈ ਤੋਂ ਸੜਕ ਜਾਂਦੀ ਹੈ ਫਿਰੋਜ਼ਪੁਰ ਨੂੰ ਉਹਦੇ ਉੱਤੇ ਸਥਿਤ ਆ ਪਿੰਡ ਹਕੂਮਤ ਵਾਲੇ ਦੇ ਕੋਲ ਬਿਜਲੀ ਬਣਾਉਣ ਵਾਲੀ ਜਿਹੜੀ ਫੈਕਟਰੀ ਲੱਗੀ ਆ ਪਰਾਲੀ ਤੋਂ ਜਿਹੜੀ ਬਿਜਲੀ ਬਣਾਉਂਦੀ ਉਹਦੇ ਲਾਗੇ ਸੌਦਾ ਸਾਧ ਦੇ ਚੇਲਿਆਂ ਵੱਲੋਂ ਡੇਰੇ ਦੀ ਉਸਾਰੀ ਕੀਤੀ ਜਾ ਰਹੀ ਆ। ਸੌਦਾ ਸਾਧ ਦੇ ਚੇਲਿਆਂ ਵੱਲੋਂ ਡੇਰੇ ਦੀ ਉਸਾਰੀ ਕੀਤੀ ਜਾ ਰਹੀ ਆ। ਇਹ ਸੌਦਾ ਸਾਧ ਦੇ ਚੇਲੇ ਉਹ ਨੇ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਚੋਰੀ ਕਰਕੇ ਅਤੇ ਚੈਲੰਜ ਕਰਕੇ ਪੋਸਟਰ ਲਾ ਕੇ ਬੇਅਦਬੀ ਕੀਤੀ ਸੀ, ਮੱਲ ਕੇ ਬੇਅਦਬੀ ਦੇ ਵਿੱਚ ਵੀ ਉਹਨਾਂ ਦੇ ਬੰਦਿਆਂ ਨੂੰ 3 ਸਾਲ ਦੀ ਸਜ਼ਾ ਹੋਈ ਆ, ਭਗਤੇ ਵਾਲੇ ਵਿੱਚ ਵੀ ਉਹ ਦੋਸ਼ੀ ਪਾਏ ਗਏ ਆ ਜਿਹੜੇ ਸਾਡੇ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਕਰਨ ਅਤੇ ਉਹ ਪੰਜਾਬ ਦੀ ਸਰ ਜ਼ਮੀਨ ਦੇ ਉੱਤੇ ਡੇਰੇ ਕਿਵੇਂ ਬਣਾ ਲੈਣ। ਅਫਸੋਸ ਦੀ ਗੱਲ ਆ ਕਿ ਪਿਛਲੇ ਦਿਨ ਹੀ ਸਿੱਖ ਜਥੇਬੰਦੀਆਂ ਦੇ ਕੁਝ ਕੁ ਨੁਮਾਇੰਦੇ ਮਾਨਯੋਗ SSP ਸਾਹਿਬ ਅਤੇ ਮਾਨਯੋਗ DC ਸਾਹਿਬ ਨੂੰ ਮੰਗ ਪੱਤਰ ਦੇ ਕੇ ਆਏ ਸਨ। ਮੰਗ ਪੱਤਰ ਦੇ ਨਾਲ ਰੁਕਣਾ ਚਾਹੀਦਾ ਸੀ ਡੇਰਾ, ਅਫਸੋਸ ਡੇਰਾ ਰੁਕਿਆ ਨਹੀਂ, ਉਹਨਾਂ ਨੇ ਵੱਧ ਮਜ਼ਦੂਰ ਲਾ ਕੇ ਅਤੇ ਸਾਰੀ ਤੇਜ਼ੀ ਨਾਲ ਸ਼ੁਰੂ ਕਰ ਦਿੱਤੀ ਆ। ਸੋ 6 ਜੂਨ ਤੱਕ ਦਾ ਅਲਟੀਮੇਟਮ ਜਥੇਬੰਦੀਆਂ ਦੇ ਕੇ ਆਈਆਂ ਸੀ, 6 ਜੂਨ ਕੱਲ੍ਹ ਬੀਤ ਗਈ ਆ ਅਤੇ ਅੱਜ 7 ਜੂਨ ਨੂੰ ਅਸੀਂ ਵੀਡੀਓ ਬਣਾ ਰਹੇ ਹਾਂ। ਹੁਣ ਅਸੀਂ ਸਮੂਹ ਪੰਜਾਬੀਆਂ ਨੂੰ ਸਮੂਹ ਨੌਜਵਾਨੀ ਨੂੰ ਅਤੇ ਗੁਰੂ ਨਾਨਕ ਨਾਮ ਲਿਆ ਸਿੱਖਾਂ ਨੂੰ ਬੇਨਤੀ ਕਰਦੇ ਹਾਂ ਕਿ 9 ਤਰੀਕ ਦਿਨ ਸ਼ੁੱਕਰਵਾਰ ਨੂੰ ਪਿੰਡ ਹਕੂਮਤ ਵਾਲਾ ਵਿਖੇ
ਵਹੀਰਾ ਕੱਤ ਕੇ ਪਹੁੰਚੋ ਤਾਂ ਕਿ ਉਸ ਡੇਰੇ ਨੂੰ ਆਪਾਂ ਖੁਦ ਬੰਦ ਕਰਾ ਸਕੀਏ। ਆਪਾਂ ਨੂੰ ਆਪ ਡੇਰਾ ਇਹ ਖੁਦ ਬੰਦ ਕਰਾਉਣਾ ਪੈਣਾ। ਮਹਾਰਾਜ ਦਾ ਬਾਣੀ ਦਾ ਫਰਮਾਨ ਹੈ, ਆਪਣਾ ਹੱਥੀ ਆਪਣਾ ਆਪੇ ਹੀ ਕਾਜ ਸਵਾਰੀਏ, ਕਿਉਂਕਿ ਕਿਸੇ ਕੀਮਤ ਦੇ ਉੱਤੇ ਵੀ ਇਹ ਜਿਹੜਾ ਡੇਰਾ ਬਰਦਾਸ਼ਤ ਨਹੀਂ ਹੈ, ਡੇਰੇ ਦੀ ਉਸਾਰੀ ਬਰਦਾਸ਼ਤ ਨਹੀਂ ਹੈ। ਪ੍ਰਸ਼ਾਸਨ ਸਿਰਾਣੇ ਥੱਲੇ ਬਾਂਹ ਦੇ ਕੇ ਸੁੱਤਾ ਪਿਆ ਅਤੇ ਉਹ ਅਖੌਤੀ ਜਿਹੜੇ ਉਹਦੇ ਚੇਲੇ ਹੈਗੇ ਆ, ਅਸਾਦ ਦੇ ਚੇਲੇ, ਉਹ ਭੂਤਰੇ ਹੋਏ ਡੇਰੇ ਦੀ ਉਸਾਰੀ ਨੂੰ ਹਰ ਆਏ ਦਿਨ ਅੰਜਾਮ ਦੇ ਰਹੇ ਆ। ਸੋ ਇਸ ਕਰਕੇ 9 ਤਰੀਕ ਦਿਨ ਸ਼ੁੱਕਰਵਾਰ ਨੂੰ ਪਿੰਡ ਹਕੂਮਤ ਵਾਲਾ ਵਿਖੇ ਪਹੁੰਚੋ ਅਤੇ ਆਪ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚ ਕੇ ਜਿਹੜੀ ਇਹ ਕੂੜ ਦੀ ਦੁਕਾਨ ਨਵੀਂ ਖੁੱਲ੍ਹ ਰਹੀ ਆ ਇਹਨੂੰ ਬੰਦ ਕਰਾਉਣਾ ਸਾਡਾ ਨਿੱਜੀ ਫਰਜ਼ ਹੈ। ਸੋ ਸਮਾਂ ਰਹਿੰਦਿਆਂ ਪ੍ਰਸ਼ਾਸਨ ਜੇ ਕੱਲ੍ਹ ਤੱਕ ਬੰਦ ਕਰਾ ਲੈਂਦਾ ਤਾਂ ਠੀਕ ਹੈ, ਨਹੀਂ ਤਾਂ 9 ਤਰੀਕ ਦਿਨ ਸ਼ੁੱਕਰਵਾਰ ਠੀਕ ਸਵੇਰੇ 10 ਵਜੇ ਹਕੂਮਤ ਵਾਲਾ ਪਹੁੰਚੋ। ਤਾਂ ਹਕੂਮਤ ਵਾਲਾ ਫਿਰ ਮੈਂ ਦੱਸ ਦਿਆਂ ਜ਼ਿਲ੍ਹਾ ਫਿਰੋਜ਼ਪੁਰ ਵਿੱਚ ਆ ਅਤੇ ਤਲਵੰਡੀ ਭਾਈ ਤੋਂ ਜਿਹੜੀ ਫਿਰੋਜ਼ਪੁਰ ਨੂੰ ਸੜਕ ਜਾਂਦੀ ਉਹਦੇ ਉੱਤੇ ਸਥਿਤ ਹੈਗਾ ਆ। ਸੋ ਸਾਰਿਆਂ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਵੱਧ ਤੋਂ ਵੱਧ ਗਿਣਤੀ ਵਿੱਚ ਪਿੰਡ ਹਕੂਮਤ ਵਾਲਾ ਪਹੁੰਚੋ ਤਾਂ ਕਿ ਸੌਦਾ ਸਾਧ ਦੇ ਚੇਲਿਆਂ ਵੱਲ, ਭੂਤਰੇ ਹੋਏ ਚੇਲਿਆਂ ਵੱਲੋਂ ਜਿਹੜੀ ਡੇਰੇ ਦੀ ਉਸਾਰੀ ਕੀਤੀ ਜਾ ਰਹੀ ਹੈ ਉਹਨੂੰ ਰੋਕਣਾ ਸਾਡਾ ਨਿੱਜੀ ਫਰਜ਼ ਹੈ। ਆਸ ਕਰਦਾ ਵਾਂ ਕਿ ਤੁਸੀਂ ਵੱਧ ਗਿਣਤੀ ਵਿੱਚ 9 ਜੂਨ ਸਵੇਰੇ 10 ਵਜੇ ਪਿੰਡ ਹਕੂਮਤ ਵਾਲਾ ਪਹੁੰਚੋਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਖਾਲਸਾ ਜੀ, ਬੜਿਆ ਹੀ ਚਿੰਤਾ ਦੀ ਗੱਲ ਆ ਕਿ ਅੱਜ ਤੁਹਾਡੇ ਨਾਲ ਜਿਹੜੀ ਗੱਲ ਸਾਂਝੀ ਕਰਨੀ ਆ ਉਹਦਾ ਮੁੱਖ ਕਾਰਨ ਇਹ ਹੈ ਕਿ ਪਿੰਡ ਹਕੂਮਤ ਵਾਲਾ ਜ਼ਿਲ੍ਹਾ ਫਿਰੋਜ਼ਪੁਰ, ਜਿਹੜੀ ਤਲਵੰਡੀ ਭਾਈ ਤੋਂ ਸੜਕ ਜਾਂਦੀ ਹੈ ਫਿਰੋਜ਼ਪੁਰ ਨੂੰ, ਉਹਦੇ ਉੱਤੇ ਸਥਿਤ ਆ। ਪਿੰਡ ਹਕੂਮਤ ਵਾਲੇ ਦੇ ਕੋਲ ਬਿਜਲੀ ਬਣਾਉਣ ਵਾਲੀ ਜਿਹੜੀ ਫੈਕਟਰੀ ਲੱਗੀ ਆ, ਪਰਾਲੀ ਤੋਂ ਜਿਹੜੀ ਬਿਜਲੀ ਬਣਾਉਂਦੀ ਉਹਦੇ ਲਾਗੇ ਸੌਦਾ ਸਾਧ ਦੇ ਚੇਲਿਆਂ ਵੱਲੋਂ ਡੇਰੇ ਦੀ ਉਸਾਰੀ ਕੀਤੀ ਜਾ ਰਹੀ ਆ। ਸੌਦਾ ਸਾਧ ਦੇ ਚੇਲਿਆਂ ਵੱਲੋਂ ਡੇਰੇ ਦੀ ਉਸਾਰੀ ਕੀਤੀ ਜਾ ਰਹੀ ਆ। ਇਹ ਸੌਦਾ ਸਾਧ ਦੇ ਚੇਲੇ ਉਹ ਨੇ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਚੋਰੀ ਕਰਕੇ ਅਤੇ ਚੈਲੰਜ ਕਰਕੇ ਪੋਸਟਰ ਲਾ ਕੇ ਬੇਅਦਬੀ ਕੀਤੀ ਸੀ। ਮੱਲ ਕੇ ਬੇਅਦਬੀ ਦੇ ਵਿੱਚ ਵੀ ਉਹਨਾਂ ਦੇ ਬੰਦਿਆਂ ਨੂੰ 3 ਸਾਲ ਦੀ ਸਜ਼ਾ ਹੋਈ ਆ। ਭਗਤੇ ਵਾਲੇ ਵਿੱਚ ਵੀ ਉਹ ਦੋਸ਼ੀ ਪਾਏ ਗਏ ਆ ਜਿਹੜੇ ਸਾਡੇ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਕਰਨ ਅਤੇ ਉਹ ਪੰਜਾਬ ਦੀ ਸਰਜ਼ਮੀਨ ਦੇ ਉੱਤੇ ਡੇਰੇ ਕਿਵੇਂ ਬਣਾ ਲੈਣ। ਅਫਸੋਸ ਦੀ ਗੱਲ ਆ ਕਿ ਪਿਛਲੇ ਦਿਨੀ ਸਿੱਖ ਜਥੇਬੰਦੀਆਂ ਦੇ ਕੁਝ ਕੁ ਨੁਮਾਇੰਦੇ ਮਾਨਯੋਗ SSP ਸਾਹਿਬ ਅਤੇ ਮਾਨਯੋਗ DC ਸਾਹਿਬ ਨੂੰ ਮੰਗ ਪੱਤਰ ਦੇ ਕੇ ਆਏ ਸਨ। ਮੰਗ ਪੱਤਰ ਦੇ ਨਾਲ ਰੁਕਣਾ ਚਾਹੀਦਾ ਸੀ ਡੇਰਾ, ਅਫਸੋਸ ਡੇਰਾ ਰੁਕਿਆ ਨਹੀਂ, ਉਹਨਾਂ ਨੇ ਵੱਧ ਮਜ਼ਦੂਰ ਲਾ ਕੇ ਅਤੇ ਸਾਰੀ ਤੇਜ਼ੀ ਨਾਲ ਸ਼ੁਰੂ ਕਰ ਦਿੱਤੀ ਆ। ਸੋ 6 ਜੂਨ ਤੱਕ ਦਾ ਅਲਟੀਮੇਟਮ ਜਥੇਬੰਦੀਆਂ ਦੇ ਕੇ ਆਈਆਂ ਸੀ। 6 ਜੂਨ ਕੱਲ੍ਹ ਬੀਤ ਗਈ ਆ ਅਤੇ ਅੱਜ 7 ਜੂਨ ਨੂੰ ਅਸੀਂ ਵੀਡੀਓ ਬਣਾ ਰਹੇ ਹਾਂ। ਹੁਣ ਅਸੀਂ ਸਮੂਹ ਪੰਜਾਬੀਆਂ ਨੂੰ, ਸਮੂਹ ਨੌਜਵਾਨੀ ਨੂੰ ਅਤੇ ਗੁਰੂ ਨਾਨਕ ਨਾਮ ਲਿਆ ਸਿੱਖਾਂ ਨੂੰ ਬੇਨਤੀ ਕਰਦੇ ਹਾਂ ਕਿ 9 ਤਰੀਕ ਦਿਨ ਸ਼ੁੱਕਰਵਾਰ ਨੂੰ ਪਿੰਡ ਹਕੂਮਤ ਵਾਲਾ ਵਿਖੇ ਵਹੀਰਾ ਕੱਤ ਕੇ ਪਹੁੰਚੋ ਤਾਂ ਕਿ ਉਸ ਡੇਰੇ ਨੂੰ ਆਪਾਂ ਖੁਦ ਬੰਦ ਕਰਾ ਸਕੀਏ। ਆਪਾਂ ਨੂੰ ਆਪ ਡੇਰਾ ਇਹ ਖੁਦ ਬੰਦ ਕਰਾਉਣਾ ਪੈਣਾ। ਮਹਾਰਾਜ ਦਾ ਬਾਣੀ ਦਾ ਫਰਮਾਨ ਹੈ, ਆਪਣਾ ਹੱਥੀ ਆਪਣਾ ਆਪੇ ਹੀ ਕਾਜ ਸਵਾਰੀਏ, ਕਿਉਂਕਿ ਕਿਸੇ ਕੀਮਤ ਦੇ ਉੱਤੇ ਵੀ ਇਹ ਜਿਹੜਾ ਡੇਰਾ ਬਰਦਾਸ਼ਤ ਨਹੀਂ ਹੈ, ਡੇਰੇ ਦੀ ਉਸਾਰੀ ਬਰਦਾਸ਼ਤ ਨਹੀਂ ਹੈ। ਪ੍ਰਸ਼ਾਸਨ ਸਿਰਾਣੇ ਥੱਲੇ ਬਾਂਹ ਦੇ ਕੇ ਸੁੱਤਾ ਪਿਆ ਅਤੇ ਉਹ ਅਖੌਤੀ ਜਿਹੜੇ ਉਹਦੇ ਚੇਲੇ ਹੈਗੇ ਆ, ਅਸਾਦ ਦੇ ਚੇਲੇ, ਉਹ ਭੂਤਰੇ ਹੋਏ ਡੇਰੇ ਦੀ ਉਸਾਰੀ ਨੂੰ ਹਰ ਆਏ ਦਿਨ ਅੰਜਾਮ ਦੇ ਰਹੇ ਆ। ਸੋ ਇਸ ਕਰਕੇ 9 ਤਰੀਕ ਦਿਨ ਸ਼ੁੱਕਰਵਾਰ ਨੂੰ ਪਿੰਡ ਹਕੂਮਤ ਵਾਲਾ ਵਿਖੇ ਪਹੁੰਚੋ ਅਤੇ ਆਪ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚ ਕੇ ਜਿਹੜੀ ਇਹ ਕੂੜ ਦੀ ਦੁਕਾਨ ਨਵੀਂ ਖੁੱਲ੍ਹ ਰਹੀ ਆ ਇਹਨੂੰ ਬੰਦ ਕਰਾਉਣਾ ਸਾਡਾ ਨਿੱਜੀ ਫਰਜ਼ ਹੈ। ਸੋ ਸਮਾਂ ਰਹਿੰਦਿਆਂ ਪ੍ਰਸ਼ਾਸਨ ਜੇ ਕੱਲ੍ਹ ਤੱਕ ਬੰਦ ਕਰਾ ਲੈਂਦਾ ਤਾਂ ਠੀਕ ਹੈ, ਨਹੀਂ ਤਾਂ 9 ਤਰੀਕ ਦਿਨ ਸ਼ੁੱਕਰਵਾਰ ਠੀਕ ਸਵੇਰੇ 10 ਵਜੇ ਹਕੂਮਤ ਵਾਲਾ ਪਹੁੰਚੋ। ਤਾਂ ਹਕੂਮਤ ਵਾਲਾ ਫਿਰ ਮੈਂ ਦੱਸ ਦਿਆਂ ਜ਼ਿਲ੍ਹਾ ਫਿਰੋਜ਼ਪੁਰ ਵਿੱਚ ਆ ਅਤੇ ਤਲਵੰਡੀ ਭਾਈ ਤੋਂ ਜਿਹੜੀ ਫਿਰੋਜ਼ਪੁਰ ਨੂੰ ਸੜਕ ਜਾਂਦੀ ਉਹਦੇ ਉੱਤੇ ਸਥਿਤ ਹੈਗਾ ਆ। ਸੋ ਸਾਰਿਆਂ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਵੱਧ ਤੋਂ ਵੱਧ ਗਿਣਤੀ ਵਿੱਚ ਪਿੰਡ ਹਕੂਮਤ ਵਾਲਾ ਪਹੁੰਚੋ ਤਾਂ ਕਿ ਸੌਦਾ ਸਾਧ ਦੇ ਚੇਲਿਆਂ ਵੱਲ, ਭੂਤਰੇ ਹੋਏ ਚੇਲਿਆਂ ਵੱਲੋਂ ਜਿਹੜੀ ਡੇਰੇ ਦੀ ਉਸਾਰੀ ਕੀਤੀ ਜਾ ਰਹੀ ਹੈ ਉਹਨੂੰ ਰੋਕਣਾ ਸਾਡਾ ਨਿੱਜੀ ਫਰਜ਼ ਹੈ। ਆਸ ਕਰਦਾ ਵਾਂ ਕਿ ਤੁਸੀਂ ਵੱਧ ਗਿਣਤੀ ਵਿੱਚ 9 ਜੂਨ ਸਵੇਰੇ 10 ਵਜੇ ਪਿੰਡ ਹਕੂਮਤ ਵਾਲਾ ਪਹੁੰਚੋਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।